ਕਿੱਦਾਂ ਜੀ? ਮੈਂ ਹਾਊ ਆਰ ਯੂ ਡੂਇੰਗ? ਮੈਂ ਠੀਕ ਠਾਕ ਹਾਂ, ਤੁਸੀਂ ਆਪਣਾ ਸੁਣਾਓ ਜੀ। ਓ ਮਾਈ ਗੋਡ, ਯੂ ਸਪੀਕ ਪੰਜਾਬੀ? ਥੋੜੀ ਬਹੁਤੀ ਆਉਂਦੀ ਹੈ, ਦੋ ਚਾਰ ਲਵ ਚ ਚੁੱਕ ਲੈਂਦੇ ਤੁਰੇ ਜਾਂਦੇ ਨੇ। ਓਕੇ, ਵੇਅਰ ਯੂ ਫਰੋਮ? ਇੱਥੇ ਲੰਡਨ ਤੇ, ਲੰਡਨ ਟਾਊਨ ਤੋਂ। ਤੁਸੀਂ ਕਿਹੜੇ ਸ਼ਹਿਰ ਤੋਂ ਆਏ ਹੋਏ? ਸ਼ਿਕਾਗੋ। ਸ਼ਿਕਾਗੋ ਲੰਡਨ? ਨਾ, ਸ਼ਿਕਾਗੋ ਯੂਐਸ। ਯੂਐਸ ਬਹੁਤ ਸੋਹਣਾ ਜੀ। ਤੇ ਵਿਆਹ ਤੇ ਆਏ? ਹਾਂਜੀ। ਅੱਛਾ, ਮੈਂ ਤਾਂ ਤੁਰਿਆ ਜਾਂਦਾ ਸੀਗਾ, ਮੈਂ ਦੇਖਿਆ ਤੇ ਕਈ ਬੰਦੇ ਰੌਣਕ ਇਕੱਠੇ ਹੋਏ ਤੇ ਮੈਂ ਵੀ ਆ ਗਿਆ। ਮੈਂ ਕਿਹਾ ਨਾਲੇ ਪੰਜਾਬੀ ਥੋੜੀ ਬਹੁਤ ਸਿੱਖ ਹੋ ਜਾਊਗੀ, ਮੈਂ ਵੀ ਗੇੜਾ ਮਾਰ ਲਿਆ। ਮੈਨੂੰ ਇੰਗਲਿਸ਼ ਤਾਂ ਆਉਂਦੀ ਸੀ ਅੱਗੇ ਥੋੜੀ ਥੋੜੀ। ਪੰਜਾਬੀ ਫਿਰ ਆਪਣੇ ਕਾਫੀ ਆਪਣੇ ਲੋਕ ਹੈਗੇ ਆ, ਉਹਨਾਂ ਨਾਲ ਮੈਂ ਗੱਲਬਾਤ ਕਰ ਰਹਿੰਦਾ ਹੁੰਦਾ, ਮੈਨੂੰ ਪੰਜਾਬੀ ਸਿਖਾ ਲਓ। ਅੱਛਾ ਜੀ। ਤੇ ਬਾਬੇ ਚਲ ਜਾਂਦਾ ਆਪਣੇ ਪੰਜਾਬੀ ਨੂੰ, ਪਹਿਲਾਂ ਤਾਂ ਘਬਰਾ ਜਾਂਦੇ ਥੋੜੇ ਬਹੁਤ। ਠੀਕ ਹੈ ਜੀ। ਫੇਰ ਹੌਲੀ ਹੌਲੀ ਦੋ ਗਲਾਸੀਆਂ ਜਾਂ ਪੀ ਲੈਂਦੇ ਆ, ਫੇਰ ਮਸਤ ਹੋ ਜਾਂਦੇ ਜੀ। ਠੀਕ ਹੈ। ਨਹੀਂ ਤੁਸੀਂ ਇੱਥੇ ਜਿੱਦਾਂ ਆਈ ਮੀਨ ਯੂ ਲਿਵ ਇਨ ਯੂਕੇ, ਯੂ ਬੋਰਨ ਇਨ ਯੂਕੇ, ਹਾਊ ਯੂ ਕੈਨ ਜਸਟ ਲਾਈਕ ਯੂ ਨੋ ਲਰਨ ਪੰਜਾਬੀ? ਪੰਜਾਬੀ ਹੁਣ ਜੇ ਆਪਣੇ ਲੋਕ ਬਹੁਤ ਤੁਹਾਡੇ ਜੀ, ਤੁਹਾਡੇ ਲੋਕ ਹੁਣ ਮੈਨੂੰ ਕਈ ਵਾਰ ਚਿੱਤਾ ਭੁੱਲ ਜਾਂਦਾ ਹੈ ਯਾਰ, ਪੰਜਾਬੀ ਦੇਖੀ ਹੋਵੇ, ਆਪਣੇ ਦੋਸਤਾਂ ਨੂੰ ਪੁੱਛੀ ਆ ਤੁਸੀਂ ਕਿੱਦਾਂ ਕੁੜੀ ਪੱਟਦੇ ਆ? ਪਹਿਲਾਂ ਤਾਂ ਤੁਰਿਆ ਜਾਂਦਾ ਬੰਦਾ ਨਾ, ਜੇ ਕੁੜੀ ਤੁਰੀ ਜਾਂਦੀ ਉਹਨੂੰ ਸੀਟੀ ਮਾਰੋ, ਜੇ ਤਾਂ ਸੀਟੀ ਮਾਰੀ ਤੇ ਉਹ ਦੇਖੀ ਉਹਨੇ ਮਾੜੇ ਜਿਹਾ ਹੱਸ ਪਿਆ ਤੇ ਮਾੜੇ ਹੱਸ ਗਏ, ਜੇ ਜੇ ਥੱਪੜ ਮਾਰੇ ਕੁਛ ਨਾ ਕੁਛ ਤਾਂ ਸਿੱਖਿਆ ਹੀ ਆ। ਯੂ ਆਰ ਵੈਰੀ ਨਾਈਸ, ਨਾਈਸ ਟੂ ਮੀਟ ਯੂ। ਥੈਂਕ ਯੂ।